ਗੂੰਗੀ ਬਹਿਰੀ ਤੇ ਨਾਬਾਲਿਗ ਬੱਚੀ ਦੇ ਨਾਲ ਸ਼ਖਸ ਨੇ ਕੀਤਾ ਜ਼ਬਰ ਜਨਾਹ। ਵੱਖ-ਵੱਖ ਧਰਾਵਾਂ ਅਧੀਨ ਮੁਲਜ਼ਮ ਦੇ ਖਿਲਾਫ ਮਾਮਲਾ ਹੋਇਆ ਦਰਜ। ਤਾਂ ਦੱਸ ਦਈਏ ਕਿ ਇੱਕ ਨਾਬਾਲਿਗ ਲੜਕੀ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਤੇ ਇਹ ਲੜਕੀ ਗੂੰਗੀ ਬਹਿਰੀ ਹੈ ਤੇ ਮਾਨਸਿਕ ਤੌਰ ਤੋਂ ਵੀ ਬਿਮਾਰ ਦੱਸੀ ਜਾ ਰਹੀ ਹੈ। ਤਾਂ ਪੁਲਿਸ ਨੇ ਹੁਣ ਉਸ ਵਿਅਕਤੀ ਦੇ ਖਿਲਾਫ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਸ ਸੰਬੰਧੀ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਸ਼ਖਸ ਨੇ ਦੱਸਿਆ ਕਿ ਉਸਦੀ ਧੀ ਜੋ ਕਿ ਗੂੰਗੀ ਬਹਿਰੀ ਅਤੇ ਦਿਮਾਗੀ ਤੌਰ ਤੋਂ ਪੂਰੀ ਤਰ੍ਹਾਂ ਅਪਾਹਿਜ ਹੈ, ਉਸ ਨੂੰ ਸਕੂਟਰੀ ਤੇ ਬਿਠਾ ਕੇ ਇਹ ਸ਼ਖਸ ਕਣਕ ਦੇ ਖੇਤਾਂ ਦੇ ਵਿੱਚ ਲੈ ਜਾਂਦਾ ਤੇ ਉੱਥੇ ਜਾ ਕੇ ਉਸਦੀ ਲੜਕੀ ਦੇ ਨਾਲ ਉਹ ਰੇਪ ਕਰਦਾ। ਤਾਂ ਮੌਕੇ ਤੇ ਲੜਕੀ ਦਾ ਪਿਤਾ ਆ ਜਾਂਦਾ ਹੈ ਤੇ ਜਦ ਉਹ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਧੱਕਾ ਦੇ ਕੇ ਉਸ ਨੂੰ ਭੱਜ ਜਾਂਦਾ ਹੈ, ਜਿਸ ਤੋਂ ਬਾਅਦ ਕਾਫੀ ਜੱਦੋਜਹਿਦ ਪੁਲਿਸ ਕਰਦੀ ਹੈ ਤੇ ਇਸ ਸ਼ਖਸ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਜਾਂਦਾ ਤੇ ਵੱਖ-ਵੱਖ ਧਰਾਵਾਂ ਦੇ ਅਧੀਨ ਇਸ ਤੇ ਮਾਮਲਾ ਦਰਜ ਕਰ ਲਿਆ ਜਾਂਦਾ। ਤਾਂ ਦੱਸ ਦਈਏ ਕਿ ਇਹ ਬੱਚੀ ਨਾਬਾਲਿਗ ਹੈ ਤੇ ਗੂੰਗੀ ਬਹਿਰੀ ਹੈ ਤੇ ਇਸਦੇ ਪਿਤਾ ਨੇ ਦੱਸਿਆ ਕਿ ਉਸਦੀ ਬੇਟੀ ਮਾਨਸਿਕ ਤੌਰ ਤੋਂ ਅਪਾਹਿਜ ਹੈ, ਜਿਸ ਦਾ ਫਾਇਦਾ ਚੁੱਕਦੇ ਹੋਏ ਇਹ ਸ਼ਖਸ ਉਸਨੂੰ ਆਪਣੇ ਵਹੀਕਲ ਤੇ ਬਿਠਾ ਕੇ ਲੈ ਜਾਂਦਾ ਹੈ ਤੇ ਫਿਰ ਕਣਕ ਦੇ ਖੇਤਾਂ ਦੇ ਵਿੱਚ ਲਿਜਾ ਕੇ ਉਸਦੇ ਨਾਲ ਜ਼ਬਰ ਜਨਾਹ ਕਰਦਾ ਹੈ। ਪਰੰਤੂ ਮੌਕੇ ਤੇ ਲੜਕੀ ਦਾ ਪਿਤਾ ਆ ਜਾਂਦਾ ਹੈ ਤੇ ਜਦ ਉਸਨੂੰ ਫੜਨ ਦੀ ਉਹ ਕੋਸ਼ਿਸ਼ ਕਰਦਾ ਹੈ ਤਾਂ ਉਹ ਧੱਕਾ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਫਿਰ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਤੇ ਉਸ ਸ਼ਖਸ ਨੂੰ ਕਾਬੂ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਮਾਮਲਾ ਭਵਾਨੀਗੜ੍ਹ ਤੋਂ ਸਾਹਮਣੇ ਆਇਆ ਜਿੱਥੇ ਲੜਕੀ ਨੂੰ ਪਹਿਲਾਂ ਤਾਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ ਹਾਲਤ ਗੰਭੀਰ ਵੇਖਦੇ ਹੋਏ ਉਸ ਨੂੰ ਸਰਕਾਰੀ ਹਸਪਤਾਲ ਧੂਰੀ ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਗੁੱਡੀ ਬੜੀ ਹਾਲਤ ਕੀਤੀ ਮੇਰੀ ਪੜੋਤੀ ਨਾਲ ਤੇ ਗੂੰਗੀ ਗਈ ਲਈ ਹੈ ਵਿਚਾਰੀ, ਕੰਨਾਂ ਤੋਂ ਵੀ ਬੋਲੀ ਹੈ, ਬੇਸੂਈ ਹੈ ਵਿਚਾਰੀ। ਲਾਲਚ ਦੇ ਮਗਰ ਉਹਨੂੰ ਫੜ ਕੇ ਸਕੂਟਰੀ ਤੇ ਕਿਤੇ ਲੈ ਗਏ। ਉੱਥੇ ਅਸੀਂ ਬੁੱਢੇ ਉਹਨਾਂ ਦਾ ਨੌਕਰ ਸੀ ਜਿਹਨਾਂ ਦੀ ਥਾਂ ਲੱਗਦੀ, ਉਹਨੇ ਫੋਨ ਮਾਰ ਕੇ ਬੁਲਾ ਲਿਆ ਜੱਟ ਜ਼ਿਮੀਂਦਾਰ, ਉਹ ਚੱਕ ਕੇ ਲਿਆਇਆ ਗੁੱਡੀ ਨੂੰ ਵੀ ਤੇ ਉਹ ਬੰਦੇ ਨੂੰ ਥਾਣੇ 'ਚ ਫਸਾ ਤਾ ਆਪਣੇ ਸ਼ੇਰਪੁਰ। ਆਪਾਂ ਇਹੀ ਬੇਨਤੀ ਮੰਗਦੇ, ਆਪਾਂ ਨੂੰ ਕੋਈ ਚੀਜ਼ ਦਾ ਲਾਲਚ ਹੈ ਨਹੀਂ ਗਾ, ਉਹਨੂੰ ਬਸ ਬਾਂਸੀ ਪੜਾਵੋ ਜਾਂ ਉਮਰ ਕੈਦ ਕਰੋ। ਤੁਹਾਨੂੰ ਪਤਾ ਨਹੀਂ ਲੱਗਿਆ ਹੈ ਵੀ ਗੁੱਡੀ ਤੁਹਾਡੇ ਨਾਲ? ਮੈਨੂੰ ਕੋਈ ਪਤਾ ਨਹੀਂ ਲੱਗਿਆ, ਉਹ ਮੈਂ ਤਾਂ ਉੱਥੇ ਸੌਦਾ ਲੈਣ ਲੱਗ ਗਈ, ਸਬਜ਼ੀ ਭਾਜੀ ਲੈਣ ਲੱਗ ਪਈ ਤੇ ਕਿਤੇ ਭੱਜ ਗਈ, ਮੈਂ ਘਰ ਨੂੰ ਭੱਜ ਗਈ, ਚੱਕੀ ਗਈ ਜੀ ਬਾਜ਼ਾਰ 'ਚੋਂ, ਸਾਰੇ ਬਾਜ਼ਾਰ ਨੂੰ ਪਤਾ। ਕਿਹੜਾ ਬਾਜ਼ਾਰ ਸੀ? ਬਾਜ਼ਾਰ ਕਿਹੜਾ ਸੀ? ਸ਼ੇਰਪੁਰ ਦਾ। ਦੋ ਬੰਦੇ ਦੱਸਦੀ ਹੈ ਵਿਚਾਰੀ, ਨਾ ਬੋਲਦੀ ਹੈ ਨਾ ਸੁਣਦਾ ਇਹਨੂੰ, ਵਿਚਾਰੀ ਨੂੰ ਰਾਤ ਨੂੰ ਦੱਸਦਾ ਵੀ ਨਹੀਂ ਹੈਗਾ ਜੀ। ਇਹਦੇ ਨਾਲ ਵਿਚਾਰੀ ਨਾਲ ਹੱਥ ਬੰਨ੍ਹ ਦਿੱਤੇ ਤੇ ਜਾ ਕੇ ਬਾਹਰ, ਇਹ ਬਾਹਰਦੀ ਜਦੋਂ ਚੀਕਾ ਮਾਰਦੀ ਉਦੋਂ ਬੱਕਰੀਆਂ ਵਾਲੇ ਸੀ ਭਾਈ, ਉਹਨਾਂ ਨੇ ਵਿਚਾਰਿਆਂ ਨੇ ਦੱਸਿਆ ਸੀ ਵੀ ਕਦੇ ਇਹ ਗੱਲ ਹੋਊ, ਸਾਡੇ ਸਰਪੰਚ ਤੇ ਮੈਂਬਰਾਂ ਨੂੰ ਕਰਦਾ ਨਾਲ ਨਾਲ ਉਹਨੂੰ ਥਾਣੇ 'ਚ ਫੜਾ, ਜਦੋਂ ਥਾਣੇ 'ਚ ਫੜਾਤਾ ਜੀ ਫਿਰ ਅਸੀਂ ਇਹਨੂੰ ਉੱਥੇ ਧੂਰੀ ਲਿਆ ਕੇ ਦੱਸ ਦਿੱਤਾ। ਕੌਣ ਲੈ ਕੇ ਆਇਆ ਸੀ ਇਹਨੂੰ? ਉੱਥੋਂ ਦਾਦੀ ਸੀ, ਅੱਛਾ ਭਾਈ ਸੀ, ਨਾ ਛੱਡ ਕੇ ਗਿਆ ਸੀ। ਅੱਛਾ, ਕਿੰਨੇ ਵਿਅਕਤੀ ਦੱਸੇ ਜਾਂਦੇ ਜਿਨ੍ਹਾਂ ਨੇ ਜਬਰਦਸਤ? ਅੱਛਾ, ਪੁੱਛਦੇ ਕਿੰਨੇ ਵਿਅਕਤੀ ਨੂੰ ਫੜਦੇ ਆ? ਇੱਕ ਬੰਦੇ ਨੂੰ। ਹੁਣ ਤੁਸੀਂ ਕੀ ਚਾਹੁੰਦੇ ਹੋਗੇ? ਅਸੀਂ ਆਪਣਾ ਇਨਸਾਫ ਚਾਹੀਦਾ ਜੀ, ਸਾਨੂੰ ਤਾਂ ਇਨਸਾਫ ਚਾਹੀਦਾ ਜੀ, ਤਾਂ ਉਹ ਕੁਛ ਨਹੀਂ ਭਾਵਾਂ ਫਾਂਸੀ ਹੋ ਜਾਵੇ ਮੇਰੇ ਬੰਦੇ ਜਿਹੜਾ ਅੱਗੇ ਪਿੱਛੇ ਤੇ ਧੀ ਭੈਣ ਨਾਲ ਕਰਨ ਲੱਗ ਗਏ, ਉਹਦੇ ਵੀ ਧੀਆਂ ਸੀ, ਭਲਾ ਆਪਣੀਆਂ ਧੀਆਂ ਨੂੰ ਤੱਕ ਦਿੱਤਾ, ਉਹਨੂੰ ਇੱਦਾਂ ਪਾਪ ਨਹੀਂ ਮਿਲਿਆ ਹੈਗਾ। ਮੈਂ ਤਾਂ ਕੱਲ੍ਹ ਮੈਨੂੰ ਮਿਲਿਆ ਨਹੀਂ, ਤਾਂ ਮੈਂ ਤਾਂ ਆਪ ਉਹਦੇ ਫਾਂਸੀ ਦੇ ਕੇ ਗੱਟੇ ਘੁੱਟੇ ਕੇ ਮਾਰਦੇ, ਅੱਗੇ ਪੁਲਿਸ ਵਾਲੇ ਹੱਥ ਵੀ ਨਹੀਂ ਲਾਉਣ ਦਿੰਦਾ, ਪੁਲਿਸ ਵਾਲੇ ਕਹਿੰਦੇ ਨਾ ਭਾਈ ਮਾਰੋ ਨਾ, ਫਿਰ ਸਾਡੀ ਗੁੱਡੀਆਂ ਨੇ ਕਹਿੰਦਾ ਕਦੇ ਤੁਹਾਡੇ ਗੁੱਡੀ ਨਾਲ ਬਣੇ ਤੁਹਾਨੂੰ ਰੋਕਣਾ ਹੋਵੇਗਾ, ਲੈ ਕਿਹੜਾ ਕੱਲ੍ਹ ਭੱਜ ਗਿਆ ਗੱਡੀ ਲੈ ਕੇ ਭੱਜ ਗਿਆ ਖੜੇ ਨੇ ਸਾਡੀ ਗੁੱਡੀ ਉੱਪਰ, ਉਹਨਾਂ ਨੇ ਕੱਲ੍ਹ ਗੱਡੀ ਚੜਾ ਦੇਣੀ ਸੀ, ਵਾਲਾ ਉਹਨਾਂ ਨੇ ਉਹ ਕੀਤਾ ਸਾਨੂੰ।
ਸਭ ਤੋਂ ਇਨਸਾਫ ਮਿਲਣੇ ਚਾਹੀਦੇ ਵੀ ਤਾਂ ਬੰਦੇ ਨੂੰ ਜਾਂ ਫਾਂਸੀ ਕਰੋ ਜਾਂ ਮੱਥੇ ਦੀ ਗੋਲੀ ਮੈਂ ਮਾਰਾਂਗੀ। ਇੱਕ ਵਾਰੀ ਮੇਰੇ ਕੰਨੀ ਕਰ ਦਿਓ ਬਸ, ਪੁਲਿਸ ਵਾਲੇ ਨਹੀਂ ਵਿੱਚ, ਪੁਲਿਸ ਵਾਲੇ ਵੀ ਉਹ ਹੋਣਗੇ ਸਾਡੇ। ਸਭ ਤੋਂ ਇਨਸਾਫ ਮਿਲਣੇ ਚਾਹੀਦੇ ਸੀ, ਇਨਸਾਫ ਸਾਨੂੰ। ਤੁਸੀਂ ਕਿੱਥੇ ਰਹਿੰਦੇ ਹੋ? ਧੀਆਂ ਭੈਣਾਂ ਨਾਲ ਬਣੇ ਨਾ ਕਰੇ ਨਾ। ਤੁਸੀਂ ਕਿੱਥੇ ਰਹਿੰਦੇ ਹੋ? ਸ਼ੇਰਪੁਰ ਜੀ, ਸ਼ੇਰਪੁਰ ਦੇ ਰਹਿੰਦੇ। ਉਹ ਬੰਦੇ ਵੀ ਕਿੱਥੇ ਦੇ ਰਹਿਣ ਵਾਲੇ? ਉਹ ਸ਼ੇਰਪੁਰ ਦੇ ਨੇ, ਸ਼ੇਰਪੁਰ ਦੇ ਰਹਿਣ ਵਾਲੇ। ਸਾਡਾ ਤਾਂ ਬਸ ਜੀ ਹੱਥ ਬੰਨ ਕੇ ਵੇਖਦੇ, ਸਾਡੀ ਧੀ ਨਾਲ ਬਣ ਗਿਆ, ਕਿਸੇ ਦੀ ਧੀ ਨਾਲ ਨਾ ਬਣ ਗਿਆ। ਇਹ ਤਾਂ ਬਸ ਇਹੀ ਕਹਿੰਦੇ ਹਾਂ, ਸਾਨੂੰ ਕੁਛ ਨਹੀਂ ਚਾਹੀਦਾ, ਬਸ ਇੱਕ ਉਹਦੇ ਬਸ ਗੱਲ ਨੂੰ ਫਾਂਸੀ ਲਾ ਕੇ ਉਹਨੂੰ ਮਾਰ ਦਿੰਦੇ ਹਾਂ, ਸਾਨੂੰ ਦੇ ਦਿਓ, ਅਸੀਂ ਆਪੇ ਸਾਡਾ ਜਾਂ ਅਸੀਂ ਜਾਣੇ ਜਾਂ ਸਾਡਾ ਕੰਮ ਜਾ। ਮੇਰੀ ਬੁੜੀਆ ਸੀਗੀ, ਬੁੜੀ ਨਾਲ ਗਈ ਸੀ ਦਵਾਈ ਲੈਣੇ ਬਾਜ਼ਾਰ 'ਚ, ਡਾਕਟਰ 'ਤੇ ਦੇਦੇ ਮੇਰੀ ਦਾਦੀ ਹੈਗੀ, ਉਹਦੇ ਨਾਲ ਗਈ ਹੋਈ ਸੀਗੀ ਬਾਜ਼ਾਰ 'ਚੋਂ, ਕਿਉਂਕਿ ਉਹਨੂੰ ਸਮਝ ਤਾਂ ਹੈ ਨੀਗੀ, ਗੂੰਗੀ ਹੈਗੀ, ਗੂੰਗੀ ਹੈਗੀ, ਮੂੰਹ ਤੋਂ ਕੰਨਾਂ ਤੋਂ ਬਹਿਰੀ ਹੈਗੀ, ਉਹਦੀ ਸਮਝ ਘੱਟ ਹੈਗੀ, ਕਿਉਂਕਿ ਉਹਨੂੰ ਐਸੀ ਜ਼ਿਆਦਾ ਬੰਦਿਆਂ ਦੀ ਜੂਝ ਬੂਝ ਹੈ ਨੀਗੀ, ਅਤੇ ਕਿਉਂਕਿ ਉਹ ਲੱਗ ਹੋ ਗਈ ਬੁੜੀ ਦੇ ਧਿਆਨ 'ਚ ਨਾ ਰਹੀ, ਉਹ ਮੁੜ ਕੇ ਕਿਸੇ ਉਹਲੇ ਹੋ ਗਈ, ਮੁੜ ਕੇ ਉਹ ਮੁੰਡੇ ਸਾਗਾ ਉਹਦਾ ਟਾਈਮ ਲੱਗਿਆ, ਬੁੜੀ ਦਾ ਗਾਂਹ ਲੱਭਦੀ ਰਹਿ ਗਈ, ਬੁੜੀ ਨੇ ਘਰੇ ਵਾਗੀ ਉਹ ਉਹ ਮੁੜ ਕੇ ਜਦੋਂ ਉਹਨੇ ਫਿਰ ਮੁੜ ਕੇ ਕਦੇ ਉਹਨੇ ਇਕੱਲੀ ਦਾ ਫਾਇਦਾ ਚੱਕ ਕੇ ਕਦੇ ਉਹਨੂੰ ਇਕੱਲੀ ਨੂੰ ਚੱਕ ਕੇ ਲੈ ਗਿਆ, ਖਾਣ ਪੀਣ ਦੇ ਥੋੜ੍ਹੀ ਜਿਹੀ ਬੁੱਧੀ ਘੱਟ ਹੈ, ਲਾਲਚ ਹੈ, ਖਾਣ ਪੀਣ ਦੇ ਉਹਨੂੰ ਲਾਲਚ ਲੈ ਗਿਆ, ਬਾਕੀ ਉਹਨੂੰ ਸਕੂਟਰੀ 'ਤੇ ਬਿਠਾ ਕੇ ਇਟਵਾ 'ਤੇ ਬੜੀ ਰੋਡ 'ਤੇ ਲੈ ਗਿਆ ਜੀ ਉਹਨਾਂ ਨੂੰ ਲਿਜਾ ਕੇ, ਅਤੇ ਉੱਥੇ ਫਿਰ ਮਤਲਬ ਮੈਂ ਜਾ ਕੇ ਥੋੜ੍ਹਾ ਜਿਹਾ ਮੈਨੂੰ ਵੀ ਧਿਆਨ ਹੋਇਆ, ਕਦੇ ਕੁੜੀ ਤੇਰੀ ਥੋੜ੍ਹੀ ਜਿਹੀ ਕੋਈ ਬੰਦਾ ਲਈ ਜਾਂਦੇਗਾ, ਅਤੇ ਮੈਂ ਉਹਨਾਂ ਦਾ ਪਿੱਛਾ ਕੀਤਾ, ਜਾ ਕੇ ਉੱਥੇ ਦੇਖਿਆ, ਉੱਥੇ ਜਾ ਕੇ ਬਹੁਤ ਬੁਰੀ ਕੁੜੀ ਦੀ ਹਾਲਤ ਹੋਈ ਸੀਗੀ, ਬਾਕੀ ਜਿਹੜੇ ਬੰਦਿਆਂ ਨੇ ਵੀ ਫੜਿਆ ਹੈਗਾ ਸੀ ਉੱਥੇ, ਮੁੰਡੇ ਵੀ ਨੇ ਬੱਕਰੀਆਂ ਵਾਲੇ ਅਤੇ ਕਮੇਟੀ ਵਾਲਿਆਂ ਨੇ ਮੁੰਡਿਆਂ ਨੇ ਉਹਨਾਂ ਨੇ ਗ੍ਰਿਫਤਾਰ ਕਰਾਇਆ ਹੈਗਾ, ਪਿੰਡ ਵਾਲਿਆਂ ਮੁੰਡਿਆਂ ਨੇ ਰਲ ਕੇ, ਅਤੇ ਉਹਨਾਂ ਨੇ ਬਹੁਤ ਬੇਨਜਾਜ਼ ਜੀ ਕੀਤੀ ਜੀ ਕੁੜੀ ਨਾਲ। ਬੰਦੇ ਕੌਣ ਸੀਗੇ? ਧੱਕਾ ਕੀਤਾ ਕੌਣ ਅਤੇ ਵਿਅਕਤੀ ਕਿੱਥੋਂ ਕਿਉਂ? ਉਹ ਸ਼ੇਰਪੁਰੋਂ ਆਏ ਜੀ, ਉਹ ਮੁੰਡਾ ਸ਼ੇਰਪੁਰ ਤੋਂ ਆਇਆ, ਪੈਟਰੋਲ ਪੰਪ ਲੈਵੇ ਘਰ ਆ ਉਹਦਾ ਵੀ ਇੱਥੇ ਸ਼ੇਰਪੁਰ 'ਚ। ਕੀ ਨਾਮ ਨੂੰ ਕੁਛ ਉਹਦਾ ਨਾਮ ਤਾਂ ਉਹਦਾ ਪਤਾ ਨਹੀਂ ਜੀ, ਕਿੰਨਾ ਦਾ ਹੈਗੀ ਹੈ ਮੁੰਡੇ ਦੀ? ਸ਼ਿੰਦਰਪਾਲ ਨਾਮ ਆ, ਸ਼ਿੰਦਰਪਾਲ ਹੈ, ਸ਼ਿੰਦਰਪਾਲ ਨਾਮ, ਸ਼ਿੰਦਰਪਾਲ ਹੈ ਸ਼ਾਇਦ ਨਾਮ। ਕੀ ਪੁਲਿਸ ਪ੍ਰਸ਼ਾਸਨ ਨੇ ਕੋਈ ਤੁਹਾਡੀ ਥੋੜ੍ਹੀ ਕਿ ਨਹੀਂ? ਪੁਲਿਸ ਪ੍ਰਸ਼ਾਸਨ ਜੀ ਕਹਿੰਦੀ ਗ੍ਰਿਫਤਾਰ ਕਰਿਆ ਹੋਇਆ, ਬਾਕੀ ਪੁਲਿਸ ਪ੍ਰਸ਼ਾਸਨ ਤਾਂ ਦੇਖੋ ਹੁਣ, ਮੈਂ ਤਾਂ ਗੁਜ਼ਾਰਿਸ਼ ਸਾਰੇ ਅੱਗੇ ਜਨਤਾ ਅੱਗੇ ਮੀਡੀਆ ਅੱਗੇ ਇਹੀ ਬੇਨਤੀ ਕਰਦਾ ਜੀ, ਉਹਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈਗੀ, ਕਿਉਂਕਿ ਰੇਤੀ ਹੈ ਬੇਟੀਆਂ ਹਰੇਕ ਦੀਆਂ ਹੈਗੀਆਂ, ਕਿਉਂਕਿ ਇਹੋ ਜਿਹੇ ਬੱਚੇ ਨੂੰ ਸੂਦ ਬੂਦ ਬੱਚੇ ਨੂੰ ਸਮਝ ਹੈ ਨਹੀਂ ਕਿਸੇ ਨਾਲ, ਕੱਲ੍ਹ ਨੂੰ ਕਿਸੇ ਹੋਰ ਵੀ ਆਪਣੇ ਕਰੂਗਾ ਕੋਈ ਜੀ, ਇਹ ਤਾਂ ਚੱਲ ਨਹੀਂ ਚੱਲੇ, ਤਾਂ ਜੇਲ੍ਹ 'ਚ ਪਾ ਦਿਓ, ਉੱਪਰ ਵੀ ਕਾਰਵਾਈ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਇਸ ਕੰਮ। ਕਿੰਨੇ ਵਿਅਕਤੀ ਸੀ? ਇੱਕ ਵਿਅਕਤੀ ਕਿ ਦੋ ਸੀ? ਇਹ ਜੀ ਸਿਰਫ ਤਾਂ ਇਸ਼ਾਰੇ ਨਾਲ ਤਾਂ ਦੋ ਕਹਿੰਦੀ ਹੈ, ਬਾਕੀ ਜਿਨ੍ਹਾਂ ਨੇ ਆਪਾਂ ਨੇ ਪੜਿਆ ਉੱਥੇ ਇੱਕ ਹੀ ਸ਼ਬਦ ਹੈ ਤਾਂ ਦੱਸਦੇ ਆ, ਉਹ ਕਦੀ ਤੂੰ ਕਹੀ ਜਾਂਦੀ ਹੈਗੀ, ਕਦੀ ਸਾਨੂੰ ਇਸ਼ਾਰੇ ਨਾਲ ਤਾਂ ਕਹਿ ਦਿੰਦੀ ਹੈ, ਜਦੋਂ ਮੈਂ ਉਹਨੂੰ ਫੋਟੋ ਦਿਖਾਉਂਦਾ ਉਹ ਕੁੜੀ ਰੋਂਦੀ ਹੈਗੀ, ਹਾਂ ਕਹਿੰਦੇ ਮੈਨੂੰ ਉਹਨੇ ਪੜਿਆ ਹੈਗਾ, ਅਤੇ ਬਾਕੀ ਬਿਲਟਾਂ ਬੁਲਟਾਂ ਨਾਲ ਬੰਨੇ ਹੋਏ ਸੀ ਆਖੋ ਦਾ, ਜਿਹੜੇ ਸੀਗੇ ਬਾਕੀ ਲੀੜੇ ਸੀਗੇ ਸਾਰੇ ਲਏ ਹੋਏ ਸੀਗੇ, ਪੈਂਟ ਪੁੰਟ ਲਏ ਬਸ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਜੀ, ਬਸ ਸਜ਼ਾ ਹੋਣੀ ਚਾਹੀਦੀ ਵੱਧ ਤੋਂ ਵੱਧ, ਮੈਂ ਤਾਂ ਕਹਿੰਦਾ ਅੱਜ ਤਾਂ ਜਨਤਾ ਦੇ ਹਵਾਲੇ ਕਰ ਦਿਓ ਜੀ। ਹਾਂਜੀ, ਕੱਲ੍ਹ ਇੱਕ ਸ਼ੇਰਪੁਰ ਤੋਂ ਲੜਕੀ 12 ਸਾਲ ਦੀ ਤਕਰੀਬਨ ਉਮਰ ਹੈ ਉਹਦੇ ਨਾਲ ਕੁਛ ਮਿਸਹੈਪਨਿੰਗ ਹੋਈ ਹੈ ਸ਼ੇਰਪੁਰ ਦੇ ਵਿੱਚ, ਅਤੇ ਉਹ ਅੰਡਰ ਟ੍ਰੀਟਮੈਂਟ ਸਰਕਾਰੀ ਹੋਸਪਿਟਲ ਧੂਰੀ ਦੇ ਵਿੱਚ ਸਾਡੇ ਕੋਲ ਚੱਲ ਰਿਹਾ ਹੈ।